ਅਸਲਾਮੁਆਲੇਕਮ ਜੀ ਯਾਸਰ ਸੰਦੂ ਟਰੈਕਟਰਜ਼ ਉਨ YouTube ਚੈਨਲ ਤੋਂ ਭਾਈ ਫੈਸਲ ਮਜੀਦ ਸਾਹਿਬ ਨਾਲ ਅੱਜ ਇਹਨਾਂ ਕੋ ਮਸ਼ੀਨ ਆ ਹਾਰਵੈਸਟਰ ਇਹਨਾਂ ਕੋਲੋਂ ਇੱਕ ਤਾਂ ਇਹਨਾਂ ਦੇ ਬਾਰੇ ਪੁੱਛਦੇ ਆਂ ਕਿ ਮਸ਼ੀਨ ਦੇ ਬਾਰੇ ਇਨਫੋਰਮੇਸ਼ਨ ਲੈਣੇ ਆ ਤੇ ਦੂਸਰਾ ਪੁੱਛਦੇ ਆਂ ਵੀ ਸੀਜ਼ਨ ਹੁਣ ਤੱਕ ਦਾ ਸੀਜ਼ਨ ਕਿਹੋ ਜਿਹਾ ਰਿਹਾ ਇਸ ਟਾਈਮ ਮਸ਼ੀਨ ਜ਼ਿਲ੍ਹਾ ਵਿਆੜੀ ਦੇ ਵਿੱਚ ਖੜੀ ਏ ਫੈਸਲ ਮਜੀਦ ਭਾਈ ਜੀ ਕਿਹੜੀ ਮਸ਼ੀਨ ਆ ਇਹ ਤੁਹਾਡੇ ਕੋਲ ਆਡੇ ਕੋਲ ਜੀ ਲਵਾੜਾ ਮਿਕਸ 12 ਮਸ਼ੀਨਾਂ ਜੀ ਤੇ ਪੰਜਵਾਂ ਸੀਜ਼ਨ ਇਹ ਮਸ਼ੀਨਾਂ ਪਿੰਜੀ ਮਾਸ਼ਾਅੱਲਾ ਸੋਹਣੀ ਮਸ਼ੀਨ ਹੈਗੀ ਅੱਛੀ ਚੱਲਦੀ ਏ ਸਹੀ ਏ ਜੀ ਇਹ ਕਿੰਨੇ ਕ ਪੈਸਿਆਂ ਦੀ ਬਾਜੀ ਲਈ ਸੀ ਆਪਾਂ ਇਹ ਜੀ 30 ਲੱਖ ਦੀ ਲਈ ਸੀ 30 ਲੱਖ ਦੀ ਲਈ ਸੀ ਤੇ 30 ਲੱਖ ਦੀ ਕਹਿੰਦੇ ਜਿਹੜੀਆਂ ਸਸਤੀਆਂ ਮਸ਼ੀਨਾਂ ਉਹ ਕੰਮ ਕੱਢਦੀਆਂ ਕੰਮ ਸਹੀ ਨਹੀਂ ਕਰਦੀਆਂ ਇਹ ਕੀ ਗੱਲ ਬਾਤ ਹੈ ਨਹੀਂ ਭਾਈ ਜਾਨਾ ਗਲਤ ਗੱਲ ਲੱਗੀ ਜੋ ਲਵਾੜਾ ਮਸ਼ੀਨ ਦਾ ਮਜ਼ਾ ਹੈਗਾ ਉਹ ਸਾਨੂੰ ਨਿਊ ਹੋਲੈਂਡ ਦਾ ਨਹੀਂ ਆਂਦਾ ਸਹੀ ਕਿਉਂਕਿ ਸਾਨੂੰ ਇਹਨਾਂ ਦਾ ਸ਼ੌਂਕ ਹੈ ਸਾਡੇ ਪੂਰੇ ਆਲ ਕਬੂਲਾ ਸ਼ਹਿਰ ਦੇ ਵਿੱਚ ਅਹੀ ਲਵਾੜਾ ਹੈਗੀ ਮਸ਼ੀਨ ਸਹੀ ਬਾਈ ਇੱਕ ਮਸ਼ੀਨ ਹੈਗੀ 80 70 ਉਹ ਚਾਚੂ ਮੇਰੇ ਕੋਲ ਹੈਗੀ ਏ ਤੇ ਬਾਕਾਇਦਾ ਲਵਾੜਾ ਮਸ਼ੀਨ ਹੈ ਸਾਨੂੰ ਇਹਨਾਂ ਦਾ ਸ਼ੌਂਕ ਹੈ ਤੇ ਜੋ ਇਹਨਾਂ ਦਾ ਮਜ਼ਾ ਉਹਨਾਂ ਦਾ ਨਹੀਂ ਆਂਦਾ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਉਹ ਕਟਾਈਆਂ ਨਹੀਂ ਰਹਿ ਗਈਆਂ ਅਗਲੀਆਂ ਸਹੀ ਤੇ ਇਹਨਾਂ ਦਾ ਮਜ਼ਾ ਛੋੜੇ ਰਸਤੇ ਨੇ ਤੇ ਇਹ ਛੋੜੇ ਹਸਤੇ ਰਸਤੇ ਦੇ ਵਿੱਚ ਥੋੜੇ ਥਾਣੀ ਲੰਘ ਜਾਂਦੀ ਹੈ ਬਤਾਏ ਕੰਮ ਇਹਦਾ ਵਧੀਆ ਹੈ ਕਿੱਥੇ ਸੀਜ਼ਨ ਲਾ ਕੇ ਆਏ ਤੁਸੀਂ ਸੀਜ਼ਨ 0 ਹੀ ਲਾ ਕੇ ਆਏ ਆ ਰੋਈ ਦੇ ਵਿੱਚ ਕੀ ਹਾਲਾਤ ਰਹਿ ਰੋਈ ਦੇ ਵਿੱਚ ਜੀ ਮਾਸ਼ੱਲਾ 400 ਕਿੱਲਾ ਕਟਾਈ ਕੀਤੀ ਜੀ ਤੇ ਰੇਡ ਵੀ ਅਚਾ ਖਾਸਾ ਲਿਆ ਲੋਕ ਕਹਿੰਦੇ ਜੀ ਰੇਡ ਨਹੀਂ ਹੈਗਾ 12 1300 1400 ਅਸੀਂ 2500 ਤੋਂ ਲੈ ਕੇ 3000 ਤੱਕ ਰੇਡ ਲੈ ਕੇ ਆਏ ਆ ਮਾਸ਼ਾਅੱਲਾ ਸੋਹਣਾ ਸੈਜ਼ਨ ਲੱਗਿਆ 400 ਕਿਲੋ ਘਟਾਈ ਕੀਤੀ ਹੈ ਮਸ਼ੀਨ ਨੇ ਸਹੀ ਤੇ ਸੋਹਣੀ ਮਸ਼ੀਨ ਚੱਲ ਤੇ ਰਹੀ ਹੈ ਕੋਈ ਮਸਲਾ ਨਹੀਂ ਆਇਆ ਜੀ ਹੁਣ ਹੁਣ ਇਸ ਟਾਈਮ ਆਪਾਂ ਕਿੱਥੇ ਚਲਾ ਰਹੇ ਹਾਂ ਭਲਾ ਇਸ ਟਾਈਮ ਜੀ ਰਤਾ ਟਿਬਾ ਜ਼ਿਲ੍ਹਾ ਵਿਆੜੀ ਜ਼ਿਲ੍ਹਾ ਵਿਆੜੀ ਰਤਾ ਟਿਬਾ ਇੱਥੇ ਕੀ ਰੇਟ ਚਲਾਈ ਖੜੇ ਹੋ ਇੱਥੇ ਜੀ 3500 ਰੁਪਿਆ 3500 ਰੁਪਏ ਇਕੱਲੇ ਦਾ ਚਲਾਈ ਖੜੇ ਹੋ ਜੀ ਤੇ ਇਹਦੇ ਮਸ਼ੀਨ ਦੀ ਜਿਹੜੀ ਮੇਨਟੇਨੈਂਸ ਵਗੈਰਾ ਅਗਰ ਕਰਾਉਣੀ ਪਵੇ ਤੁਹਾਨੂੰ ਜਾਂ ਕੋਈ ਚੀਜ਼ ਖਰਾਬੀ ਘਰੂਬੀ ਹੁੰਦੀ ਹੈ ਤੇ ਇਹ ਤੁਸੀਂ ਆਪ ਕਰਦੇ ਹੋ ਜਾਂ ਕੀ ਇਹਦਾ ਸਮਾਨ ਸਮੂਹ ਕਿੱਥੋਂ ਲੱਭਦਾ ਤੁਹਾਨੂੰ ਆਸਾਨੀ ਨਾਲ ਇਹਦਾ ਜੀ ਫਿਟਿੰਗ ਵਗੈਰਾ ਸਾਰਾ ਕਾਰੀਗਰ ਆਪ ਹੈਗੇ ਆ ਜੀ ਤੇ ਬਕਾਇਦਾ ਜਿਹੜਾ ਇਹਦਾ ਸਪੇਅਰ ਪਾਰਟ ਹੈਗਾ ਉਹ ਸਾਨੂੰ ਵਿਹਾੜੀ ਤੋਂ ਵੀ ਮਿਲ ਜਾਂਦਾ ਹੈ ਕਬੂਲੇ ਸ਼ਹਿਰ ਤੋਂ ਵੀ ਮਿਲ ਜਾਂਦਾ ਹੈ ਉਕਾੜੇ ਤੋਂ ਵੀ ਮਿਲ ਜਾਂਦਾ ਹੁਣ ਤਾਂ ਮੁਖਤਲਫ ਜਨਾਂ ਤੇ ਦੁਕਾਨਾਂ ਆ ਗਈਆਂ ਨੇ ਕੋਈ ਐਸਾ ਮਸਲਾ ਨਹੀਂ ਹੈਗਾ ਪਹਿਲੇ-ਪਹਿਲੇ ਤੰਗੀ ਬੰਦੀ ਸੀ ਸਹੀ ਇਸ ਸੀਜ਼ਨ ਆਪਣਾ ਇੱਥੇ ਫਿਲਹਾਲ ਤੇ ਇੱਥੇ ਆ ਗਏ ਜੀ ਤੇ ਇੱਥੇ ਦਾ ਹੀ ਇਰਾਦਾ ਹੈਗਾ ਜੇ ਅੱਗੇ ਕਿਧਰੇ ਇੱਕ ਟਾਈਮ ਮਿਲੇ ਸਰਾਹ ਕੇ ਬਾਕੀ ਬਾਕੀ ਮੇਰਾ ਖਿਆਲ ਹੈ ਕਿ ਵਿਹਾੜੀ ਦੇ ਨਾਲ ਹੀ ਬਾਕੀ ਜਿਹੜੇ ਇਲਾਕੇ ਆ ਉਹ ਸਾਰੇ ਇਕੱਠੇ ਆ ਜਾਂਦੇ ਹਨਾ ਹਾਂ ਜੀ ਹਾਂ ਜੀ ਬਿਲਕੁਲ ਰੋਈ ਵਗੈਰਾ ਤੇ ਇਹ ਇਲਾਕੇ ਪਹਿਲੇ ਆਉਂਦਾ ਹੈ ਹਾਂ ਜੀ ਤੇ ਬਾਕੀ ਇਲਾਕੇ ਸਾਰੇ ਉਹ ਵਿਹਾੜੀ ਦੇ ਨਾਲ ਹੀ ਆ ਜਾਂਦੇ ਆ ਤਕਰੀਬਨ ਹਨਾ ਬਿਲਕੁਲ ਸਹੀ ਹੈ अच्छा उस्ताद जी एक कटाई ਦਾ ਜਿਹੜਾ ਨਾ دوست ਆਪਣਾ ਸਾਡੇ ਦੋਸਤ ਨੇ ਭਾਈ ਨੇ ਜਾਸਤਾਰਤ ਸਾਹਿਬ ਜੀ ਜੀ ਮੇਰੇ ਬੜੇ ਮਹਤਰਮ ਨੇ ਉਹ ਉਹ ਅਕਸਰ ਕਹਿੰਦੇ ਹੁੰਦੇ ਆ ਵੀ ਜ਼ਿਮੀਦਾਰਾਂ ਨੂੰ ਵੀ ਕਟਾਈ ਜਿਹੜੀ ਆ ਉਹ ਥੋੜੀ ਇੱਕ ਉੱਚੀ ਰੱਖ ਕੇ ਕਟਾਇਆ ਕਰੋ ਯਾਨੀ ਜੀ ਮਤਲਬ ਕਿ ਉਦੇ ਨਾਲ ਕਣਕ ਤੁਹਾਡੀ ਪਿੱਛੇ ਦਾਣਾ ਨਹੀਂ ਸਿੱੜਦੀ ਹੈਗੀ ਤੇ ਆਸਾਨੀ ਰਹਿੰਦੀ ਹੈ। ਤੁਸੀਂ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਸਾਡਾ ਖਿਆਲ ਹੈਗਾ ਜੀ ਅਗਰ ਕਣਕ ਖੜੀ ਹੋਵੇ ਤੇ ਉਤੋਂ ਰੱਖ ਕੇ ਵਡਾਣੀ ਚਾਹੀਦੀ ਹੈ ਕਿਉਂਕਿ ਅਗਰ ਚਾਪਰ ਤੇ ਤੂੜੀ ਬਣੇ ਤੇ ਚਾਪਰ ਵੀ ਆਸਾਨੀ ਨਾਲ ਚੱਲਦਾ ਹੈ ਤੇ ਮਸ਼ੀਨ ਜਿਹੜੀ ਦਾਣਾ ਵੀ ਨਹੀਂ ਜਾਂਦਾ ਪਿੱਛੇ ਦਾਣਾ ਸਾਫ਼ ਨਿਕਲਦਾ ਹੈਗਾ ਇਹ ਸਾਡਾ ਗਰੰਟੀ ਸ਼ੋ ਦਾ ਹੈ। جواب ਹੈਗਾ ਸਾਡਾ ਸਹੀ ਹੈ ਸਹੀ ਹੈ ਨਹੀਂ ਇਹ ਤਾਂ ਬਿਲਕੁਲ ਹਾਂ ਜੀ ਅਗਰ ਕਵੇ ਨਾ ਕਿ ਇੰਦੇ ਚ ਕੋਈ ਮਸਲਾ ਆ ਗਿਆ ਤਾਂ ਕੋਈ ਮਸਲਾ ਨਹੀਂ ਅਸੀਂ ਗਾਰੰਟੀ ਦੇਣ ਨੂੰ ਤਿਆਰ ਹੈ ਗਿਆਂ ਅਗਰ ਮਸ਼ੀਨ ਉੱਤੋਂ ਰੱਖ ਕੇ ਬਲੇਡ ਕਰੇਗੀ ਕਟਾਈ ਤੇ ਸੋਹਣੀ ਮਸ਼ੀਨ ਕੰਮ ਕਰੇਗੀ ਸਹੀ ਹੈ ਪਿੱਛੇ ਦਾਣਾ ਨਹੀਂ ਆਏਗਾ ਦਾਣੇ ਸਾਫ਼ ਨਿਕਲਣਗੇ ਅਗਰ ਜਿੰਨਾ ਥੱਲੇ ਜ਼ਿਆਦਾ ਜਾਵਾਂਗੇ ਉਹਨਾਂ ਨੂੰ ਨੁਕਸਾਨ ਜ਼ਿੰਮੇਦਾਰ ਨੂੰ ਵੀ ਤੇ ਉਹਨਾਂ ਹੀ ਮਸ਼ੀਨ ਵਾਲੇ ਨੂੰ ਆਏਗਾ ਹਾਂ ਉਹ ਵੀ ਜਿਹਨੇ ਥੱਲੇ ਜਾਓਗੇ ਜੇ ਥੱਲਿਓਂ ਕਟਾਈ ਨੀਵੀਂ ਕਰਕੇ ਕਟਾਈ ਕਰੋਗੇ ਇੱਕ ਤਾਂ ਚਲੋ ਮਜਬੂਰੀ ਹੈ ਨਾ ਡਿਗੀ ਹੈ ਤੇ ਇੱਕ ਜੇ ਨਹੀਂ ਡਿਗੀ ਤੇ ਬੰਦਾ ਕਹੀ ਜਾਵੇ ਵੀ ਥੱਲਿਓਂ ਕੱਟ ਤੇ ਮਸ਼ੀਨ ਕਟਾਈ ਕਰੇਗੀ ਆਸਾਨੀ ਪੈਦਾ ਹੋਏਗੀ ਮਸ਼ੀਨ ਵਾਲੇ ਨੂੰ ਅਗਰ ਕਟਾਈ ਜ਼ਿੰਮੇਵਾਰ ਦੀ ਡਿੱਗੀ ਹੈ ਮਸ਼ੀਨ ਵਾਲਾ ਸਕੂਨ ਨਾਲ ਚਲਾਏਗਾ ਤਾਂ ਕੋਈ ਮਸਲਾ ਨਹੀਂ ਇਹ ਹੁਣ ਤੁਸੀਂ 3 ਸਾਲ ਜਾਂ 34 ਸਾਲ ਤੁਹਾਨੂੰ ਲਈ ਨੂੰ ਹਾਂਜੀ ਤੀਸਰਾ ਸਾਲ ਤੀਸਰਾ ਸਾਲ ਆ ਤੁਸੀਂ ਇੰਨੇ ਦੀ ਲੈ ਕੇ ਉਸ ਤੋਂ ਬਾਅਦ ਹੁਣ ਤੱਕ ਜਿਹੜੀ ਚਲਾਈ ਆ ਤੇ ਰੋਜ਼ੀ ਦਾ ਜੋ ਚਲ ਨਸੀਬਾਂ ਦੀ ਤੁਹਾਨੂੰ ਮਿਲੀ ਆ ਤੇ ਇਹਦੇ ਉੱਤੇ ਮੇਨਟੇਨੈਂਸ ਕਿੰਨੀ ਤੁਹਾਨੂੰ ਕਿਹੜੀ ਕਿਹੜੀ ਸ਼ੈਨੇ ਦੀ ਨੇ ਕੰਮ ਕੱਢਿਆ ਤੁਹਾਨੂੰ ਕੀ ਕੀ ਕਰਾਉਣਾ ਪਿਆ ਹੁਣ ਤਾਈ ਸਾਨੂੰ ਅਸੀਂ ਜਿਹੜੇ ਰਿਪੇਅਰਿੰਗ ਜਦੋਂ ਕਰਨੇ ਆ ਸਾਨੂੰ ਉਹੀ ਕੰਮ ਨਿਕਲਦਾ ਹੈਗਾ ਸਾਡਾ ਅਗਰ ਵੈਲਡਿੰਗ ਵਗੈਰਾ ਤਾਂ ਵਲ ਵਗੈਰਾ ਕਿਸੇ ਚੀਜ਼ ਦਾ ਲਵਾਉਣੇ ਬੈਰੰਗ ਟੁੱਟਿਆ ਉਹ ਕੱਢ ਦੇਣਾ ਬੈਲਟ ਬਦਲ ਦੇਣਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਚੈਂਟ ਛੋਟੀਆਂ ਮੋਟੀਆਂ ਇਹ ਤਾਂ ਫਿਰ ਮੇਨਟੇਨੈਂਸ ਚੱਲਦੀ ਰਹਿੰਦੀ ਹੈ ਟਾਇਰ ਇਹਦਾ ਪਿੱਛੇ 750 16 ਆਇਆ ਜੀ ਪਿੱਛੇ 750 16 ਤੇ ਅੱਗੇ 18 4 26 ਆਇਆ ਅੱਗੇ 18 ਦਾ ਟਾਇਰ 85 ਵਾਲਾ ਪਿੱਛੇ 85 ਦੇ ਜਿਹੜੇ ਅਗਲੇ ਟਾਇਰ 750 ਟਾਇਰ ਇਹ ਟਾਇਰ 85 ਟਰੈਕਟਰ ਦਿੰਦੀ ਹੈਗੇ ਨੇ ਇਹ ਹਾਰਵੈਸਟਰ ਨੂੰ ਸਿਰਫ ਆਉਂਦੇ ਨੇ ਅੱਛਾ ਅੱਛਾ ਉਦਾਂ ਯਾਨੀ ਸਾਈਜ਼ 18 ਇਹਦਾ ਹਾਂਜੀ 18 ਕੜਾ ਤਾਂ 18 ਦਾ ਹੀ ਹੈ ਨਾ 18 4 3 ਸਹੀ ਹੈ ਜੀ ਥੈਂਕਸ ਫॉर ਵਾਚਿੰਗ ਜੀ ਟਰੈਕਟਰ ਨੂੰ ਠੀਕ ਹੈ ਦਸਤਾਰ ਜੀ ਬੜੀ ਮਿਹਰਬਾਨੀ ਜਨਾਬ